ਤੇ ਲੱਗਿਆ ਪਿਆ ਯੋਰਾ ਤੇ ਮੁੰਡਾ ਕਹਿੰਦੇ ਲਾ ਲਾ ਕੇ ਮਾਰਦਾ ਕਿ ਕੱਢ ਕੇ ਬਗਾਨਾ ਪੁੱਤ ਮਾਰਿਆ ਕਿ ਜਿਵੇਂ ਹੁੰਦਾ ਮੱਖਣ ਚੋ ਬਾਲਦੀ ਕਿ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਨਹੀਂ ਤੂੰ ਮੱਝੀਆਂ ਚਰਾ ਕੇ 12 ਸਾਲ ਦੀ ਔਜਲਿਆਂ ਦੀ ਟੀਮ ਕਿੱਥੇ ਆ ਜੀ ਔਜਲਾ ਮੇਰੀ ਬੇਨਤੀ ਆ ਟੀਮ ਨੂੰ ਔਜਲੇ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਪੁੱਜੇ ਔਜਲੇ ਦੀ ਟੀਮ ਮੇਰੀ ਬੇਨਤੀ ਆ ਤਲਵੰਡੀ ਮਾਧੋ ਦੀ ਟੀਮ ਪੁੱਜੀ ਹੋਈ ਆ ਮੇਰੀ ਔਜਲੇ ਦੀ ਟੀਮ ਨੂੰ ਬੇਨਤੀ ਆ ਅਕਾਲ ਸਰ ਮੋਗਾ ਤੇ ਬੱਲਾ ਇਹ ਵੀ ਟੀਮਾਂ ਮਲਸੀਆਂ ਤੇ ਸੀਚੇਵਾਲ ਇਹ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਮੇਰੀ ਬੇਨਤੀ ਆ ਕਿਸੇ ਟੀਮ ਨੂੰ ਅਸੀਂ ਜ਼ਿਆਦਾ ਬਾਜੀਆਂ ਨਹੀਂ ਮਾਰਨੀਆਂ ਟੀਮਾਂ ਬਹੁਤ ਜ਼ਿਆਦਾ ਆ ਤੇ ਸਮਾਂ ਆਪਣੇ ਕੋਲੇ ਘੱਟ ਆ ਮੇਰੀ ਬੇਨਤੀ ਆ ਉਧਰ ਥਰਾਜ ਲਾਈਟ ਸਰਵਿਸ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥਰਾਜ ਲਾਈਟ ਸਰਵਿਸ ਵਾਲੇ ਵੀਰਾਂ ਦਾ ਬਈ ਹੈਲੋ ਸੋ ਹੁਣ ਕੁਛ ਸਨਮਾਨ ਕਰਨੇ ਨੇ ਅਸੀਂ ਸੋ ਜਿਹਨਾਂ ਦੇ ਨਾਮ ਅਨਾਉਂਸ ਕਰਦੇ ਨੇ ਪਲੀਜ਼ ਆ ਜਦੋਂ ਮੈਚ ਖਤਮ ਹੁੰਦਾ ਉਸ ਤੋਂ ਬਾਅਦ ਅਸੀਂ ਸਨਮਾਨ ਕਰਨੇ ਆ ਉਹਨਾਂ ਦੇ ਵਿੱਚ ਸ੍ਰੀ ਅਮਨ ਮਲਹੋਤਰਾ ਜੀ ਬਲਵਿੰਦਰ ਖਿੰਡਾ ਜੀ ਲੰਬੜ ਐਦਲਪੁਰੀਆ ਜੀ ਔਰ ਪ੍ਰਕਾਸ਼ ਸਿੰਘ ਜੀ ਸਰਪੰਚ ਸਾਹਿਬ ਸੋ ਇਹਨਾਂ ਦਾ ਸਨਮਾਨ ਕਰਨੇ ਨੇ ਕਲੱਬ ਵੱਲੋਂ ਸੋ ਇਸ ਮੈਚ ਜਦੋਂ ਖਤਮ ਹੁੰਦਾ ਸੋ ਉਸ ਤੋਂ ਬਾਅਦ ਇਹਨਾਂ ਵੀਰਾਂ ਦੇ ਸਨਮਾਨ ਕੀਤੇ ਜਾਣਗੇ ਹੈਲੋ ਔਜਲੇ ਦੀ ਟੀਮ ਔਜਲੇ ਦੀ ਟੀਮ ਦਾ ਕੋਈ ਪਲੇਅਰ ਸਾਨੂੰ ਸੰਪਰਕ ਕਰੇ ਮੈਚ ਚੱਲਦੇ ਚੱਲਦੇ ਔਜਲੇ ਟੀਮ ਗਰਾਊਂਡ 'ਚ ਆ ਗਈ ਮੈਚ ਕਰਾਇਆ ਜਾਊਗਾ ਨਹੀਂ ਤਾਂ ਟੀਮ ਸਕ੍ਰੈਚ ਕੀਤੀ ਜਾਊਗੀ ਉਸ ਤੋਂ ਅਗਲਾ ਮੈਚ ਅਕਾਲ ਸਰ ਮੋਗਾ ਤੇ ਬੱਲਾ ਅਕਾਲ ਸਰ ਮੋਗਾ ਦੇ ਬੱਲਾ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਅਕਾਲ ਸਰ ਮੋਗਾ ਤੇ ਬੱਲਾ ਮੇਰੀ ਬੇਨਤੀ ਹੈ ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਅਕਾਲ ਸਰ ਮੋਗਾ ਵਰਸੀ ਬੱਲਾ ਔਜਲੇ ਦੀ ਟੀਮ ਨੂੰ ਕੱਟਣ ਜਾ ਰਹੇ ਹਾਂ ਤਲਵੰਡੀ ਮਾਧੋ ਦੀ ਟੀਮ ਪੁੱਜੀ ਹੋਈ ਹੈ ਔਜਲਾ ਵੀ ਆਈ ਹੋਈ ਆ ਠੀਕ ਆ ਜੀ ਜੇ ਔਜਲੇ ਦੀ ਟੀਮ ਪੁੱਜੀ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਔਜਲੇ ਦੀ ਟੀਮ ਦਾ ਵੀ ਜਿਹੜੀ ਸਮੇਂ ਸਿਰ ਖੇਡ ਗਰਾਊਂਡ ਦੇ ਵਿੱਚ ਪੁੱਜੀ ਹੈ ਅਕਾਲ ਸਰ ਮੋਗਾ ਤੇ ਬੱਲਾ ਮੇਰੀ ਬੇਨਤੀ ਹੈ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਅਕਾਲ ਸਰ ਮੋਗਾ ਵਰਸੀ ਬੱਲਾ ਉਧਰ ਸਾਡੇ ਜੀ ਐਸ ਕਲੇਰ ਸਾਹਿਬ ਪੁੱਜੇ ਹੋਏ ਹੈਲੋ ਸੋ ਸਰਦਾਰ ਤੇਜਾ ਸਿੰਘ ਜੀ ਬਾਜਵਾ ਸਾਹਿਬ ਔਰ ਸਰਦਾਰ ਦਰਸ਼ਨ ਸਿੰਘ ਜੀ ਮੈਂਬਰ ਪੰਚਾਇਤ ਸੋ ਇਹਨਾਂ ਅੱਗੇ ਬੇਨਤੀ ਹੈ ਕਿ ਉਹ ਪਲੀਜ਼ ਸਟੇਜ ਦੇ ਉੱਪਰ ਆਉਣ ਸਰਦਾਰ ਤੇਜਾ ਸਿੰਘ ਜੀ ਬਾਜਵਾ ਔਰ ਸਰਦਾਰ ਦਰਸ਼ਨ ਸਿੰਘ ਜੀ ਮੈਂਬਰ ਪੰਚਾਇਤ ਸੋ ਹੁਣ ਜੋ ਨਾਮ ਅਨਾਊਂਸ ਕੀਤੇ ਨੇ ਸਨਮਾਨ ਕਰਨੇ ਨੇ ਸ੍ਰੀ ਅਮਨ ਮਲਹੋਤਰਾ ਜੀ ਬਲਵਿੰਦਰ ਖਿੰਡਾ ਜੀ ਲੰਬੜ ਐਦਲਪੁਰੀਆ ਔਰ ਸਰਦਾਰ ਜਗਤਾਰ ਸਿੰਘ ਜੀ ਸਰਪੰਚ ਸਾਹਿਬ ਇਸ ਚੱਲਦੇ ਹੋਏ ਆਪ ਸਮੇਂ ਦੇ ਪੁਆਇੰਟ 10 ਪੁਆਇੰਟ ਆ ਜੀ ਜਲਾਲਪੁਰ ਦੇ 8 ਪੁਆਇੰਟ ਬੁੱਗੀਪੁਰਾ ਐਨ ਸਿਰੇ ਦੀ ਟੱਕਰ ਆ ਸਿਰੇ ਦੀ ਟੱਕਰ ਐਨ ਕਹਿੰਦੇ ਮੈਚ ਪੂਰਾ ਫਸਵਿਆਂ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਵਿੱਚ ਐਨ ਕਹਿੰਦੇ ਸਿਰੇ ਦੀ ਟੱਕਰ ਆ ਇੱਧਰ ਜਿੰਦਰ ਕਬੱਡੀ 365.com ਦਾ ਸਫਲ ਕੈਮਰਾ ਮੈਨ ਕੱਲੀ ਕੱਲੀ ਕਬੱਡੀ ਕਹਿੰਦੇ ਅੱਜ ਇਸ ਬਾਜਵਾ ਦੇ ਕਬੱਡੀ ਕੱਪ ਦੀ ਪੂਰੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਕਬੱਡੀ ਦੇ ਮਾਣ ਪ੍ਰਮੋਟਰ ਮਾਣ ਕਬੱਡੀ ਦੇ ਖਿਡਾਰੀ ਜੁੜੇ ਬੈਠੇ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਧਰ ਜਿੰਦਰ ਸਾਡਾ ਵੀਰ ਸੇਲਬਰਾ ਵਾਲਾ ਅੱਜ ਇਸ ਕਹਿੰਦੇ ਕਬੱਡੀ ਕੱਪ ਦੀ ਕੱਲੀ ਕੱਲੀ ਕਬੱਡੀ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਦਿਖਾ ਰਹੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਕਮਲਾ ਉਹਨਾਂ ਦਾ ਡਿਪਟੀ ਉਹਨਾਂ ਦਾ ਕਾਲੇ ਉਹਨਾਂ ਦਾ ਕਬੱਡੀ 365.com ਦੀ ਸਮੁੱਚੀ ਟੀਮ ਪੁੱਜੀ ਆ ਮੇਰੀ ਬੇਨਤੀ ਆ ਜੀ ਮੁਕਾਬਲਾ ਸਟਾਰਟ ਕਰਵਾ ਦਿੱਤਾ ਜਾਵੇ ਅਗਲੇ ਮੈਚ ਔਜਲਾ ਤੇ ਤਲਵੰਡੀ ਨਾਲ ਹੀ ਕਾਲ ਸਰ ਮੋਗਾ ਤੇ ਬੱਲਾ ਇਹ ਵੀ ਟੀਮਾਂ ਜਲਦ ਤੋਂ ਜਲਦ ਖੇਡ ਗਰਾਊਂਡ ਦੇ ਵਿੱਚ ਪੁੱਜਣ ਮੇਰੀ ਬੇਨਤੀ ਹੈ ਟੀਮਾਂ ਨੂੰ ਕਿ ਟੀਮਾਂ ਸਮੇਂ ਸਮੇਂ ਸਿਰ ਖੇਡ ਗਰਾਊਂਡ ਦੇ ਵਿੱਚ ਆ ਜਾਣ ਉਧਰ ਸਾਡਾ ਵੀਰ ਇੰਦਰਪਾਲ ਬਾਜਵਾ ਵਾਲਾ ਕਹਿੰਦੇ ਕਬੱਡੀ 365.com ਵਾਲੇ ਵੀਰਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰਾ ਬਾਜਵਾ ਦੇ ਕਹਿੰਦੇ ਇੰਦਰਪਾਲ ਦਾ ਚੈਨਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦਾ ਕੋਚ ਹੈ ਸਾਡਾ ਵੀਰ ਕਬੱਡੀ 365.com ਵਾਲੇ ਵੀਰਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰਾ ਵੱਜੀ ਹੋਈ ਕੈਂਚੀਆਂ ਦੇ ਖੇਡ ਦੇ ਮੈਦਾਨ ਦੇ ਵਿੱਚ ਜਲਾਲਪੁਰੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਗੱਭਰੂ ਨੇ ਨੀਕਰ ਕਹਿੰਦੇ
ਅੰਬੀ ਠੂਰ ਕਬੱਡੀ ਕਲੱਬ ਮੋਗਾ ਦੀ ਟੀਮ ਦੀ ਪਾਈ ਹੋਈ ਹੈ ਲਓ ਖੇਡ ਦੇ ਮੈਦਾਨ ਕੀ ਪ੍ਰਿਆ 7 ਨੰਬਰ ਦੇ ਵਿੱਚ ਕਬੱਡੀ ਪਾਉਂਦੇ ਲਈ ਵਧ ਆਇਆ ਲਓ ਪਾਈ ਹੋਈ ਕਬੱਡੀ ਦੇ ਲਓ ਲੱਗਿਆ ਪਿਆ ਜ਼ੋਰ ਆ ਲਓ ਖੇਡ ਦੇ ਮੈਦਾਨ ਦੇ ਵਿੱਚ ਢਾ ਕੇ ਹਿੱਕ ਤੇ ਬਹਿਣ ਵਾਲੀ ਗੱਲ ਕਰਦਾ ਤੇ ਲਾ ਤਕੜਾ ਜਫਾ ਪੈਂਟ ਕਹਿੰਦੇ ਜਲਾਲ ਪ੍ਰਿਆ ਆਪਣੀ ਟੀਮ ਦੇ ਹਿੱਸੇ ਜੁੜਦਾ ਆਇਆ ਹੈਲੋ ਜਗਤਾਰ ਸਿੰਘ ਤਾਰੀ ਸਾਡੇ ਵੱਡੇ ਵੀਰ ਕੋਟਲੇ ਤੋਂ ਸਰਪੰਚ ਸਾਹਿਬ ਤੁਸੀਂ ਵੀ ਆ ਜਾਓ ਸਤਨਾਮ ਸਿੰਘ ਸੁਲਤਾਨਪੁਰ ਤੋਂ ਆ ਜਾਓ ਇੰਦਰਪਾਲ ਆ ਜਾਓ ਤੁਸੀਂ ਖਚਾ ਲਓ ਜੀ ਐਸ ਅਗਲੇਰ ਸਾਹਿਬ ਮੇਰੀ ਬੇਨਤੀ ਹੈ ਜੀ ਉਹ ਸਾਡੇ ਗੁਰਦੀਪ ਸਿੰਘ ਦੀਪੇ ਸਰਪੰਚ ਦੇ ਨਾਲ ਆ ਕੇ ਸੰਪਰਕ ਕਰ ਲੈਣ ਸਾਡੇ ਜੀ ਐਸ ਜੀ ਮਾਣ ਕਬੱਡੀ ਦੇ ਬੁਲਾਰੇ ਜੋ ਹੈ ਇਸ ਸਾਲ ਬਤੌਰ ਸੇਵਾਵਾਂ ਦਿੰਦੇ ਇਸ ਨਗਰ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਦੀਪੇ ਵੀਰ ਦੇ ਨਾਲ ਆ ਕੇ ਸੰਪਰਕ ਕਰ ਲੈਣ ਜੀ ਐਸ ਅਗਲੇਰ ਸਾਹਿਬ ਪਰ ਪਾਈ ਹੋਈ ਕਬੱਡੀ ਦੇ ਲਓ ਢੰਡੋ ਵਾਲੀ ਆਇਆ ਕਹਿੰਦੇ ਅਮਨਾ ਨਾਈਆਂ ਗੱਭਰੂ ਸਿਰੇ ਦੀ ਖੇਡ ਆ ਲਓ ਪਾਈ ਹੋਈ ਕਬੱਡੀ ਦੇ ਉੱਧਰ ਬੁੱਗੀ ਪੁਰੀਆ ਪੈਂਟ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਜਿਹੜੇ ਵੀਰਾਂ ਨੇ ਇਸ ਕਬੱਡੀ ਕੱਪ ਦੇ ਵਿੱਚ ਵੱਡੇ ਸਹਿਯੋਗ ਦਿੱਤੇ ਆ ਉਹਨਾਂ ਦਾ ਸਾਡੇ ਸਭ ਹੀ ਸਰਪੰਚ ਮਾਣ ਸਨਮਾਨ ਕਰਦੇ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਗੱਲ ਸੱਚੀ ਸੱਚਿਆਂ ਦੀ ਕਿ ਰੱਜ ਕੇ ਖਾਈਏ ਦੱਬ ਕੇ ਵਾਹੀਏ ਥੋੜਾ ਖਾ ਪੀ ਕਰ ਚਲੀਏ ਥੋੜਾ ਦਾਨ ਪੁੰਨ ਤੇ ਲਾਈਏ ਬੇਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਮੇਰੀ ਬੇਨਤੀ ਹੈ ਅਗਲੇ ਮੈਚ ਦੇ ਲਈ ਅਕਾਲਸਰ ਮੋਗਾ ਵਰਸਿਜ ਬੱਲਾਂ ਉਧਰ ਔਜਲਾ ਤੇ ਕਹਿੰਦੇ ਤਲਵੰਡੀ ਮਾਧੋ ਦੀ ਐਨ ਕਹਿੰਦੇ ਸਿਰੇ ਦੀ ਟੱਕਰ ਹੋਣੀ ਹੈ ਇਧਰ ਕਬੱਡੀ 365.com ਦਾ ਕਹਿੰਦੇ ਕੈਮਰਾਮੈਨ ਕਾਲਾ ਵੀ ਪੁੱਜ ਗਿਆ ਖੇਡ ਗਰਾਊਂਡ ਦੇ ਵਿੱਚ ਲਓ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਆ ਜਲਾਲ ਪੁਰੀਆ ਭਾਰੀ ਜਿਹਾ ਸਰੀਰ ਹੈ ਮੁੰਡੇ ਦਾ ਪਰ ਐਨ ਕਹਿੰਦੇ ਸਿਰੇ ਦੀ ਟਰਾਈ ਕਰਦਾ ਪਰ ਕਾਮਯਾਬ ਨਹੀਂ ਹੋਇਆ ਬੁੱਗੀ ਪੁਰੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਕਿ 17 ਤਾਰੀਖ ਨੂੰ ਮਿਲ ਜਾਂਦੀ ਪਰ ਔਖਾ ਏ ਕਿ ਮੰਜ਼ਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਜੋ ਧਰਤੀ ਨੂੰ ਭੁੱਲਦਾ ਸਮਾਨ ਵਿੱਚ ਟੀਚਰ ਵਾਲਾ ਕਿ ਗੱਲਾਂ ਸੱਚੀਆਂ ਸੁਣਾਉਂਦਾ ਯਾਰੋ ਲੋਕੋ ਪਿੰਡ ਵਾਲਾ ਆਓ ਇੱਧਰ ਦੇਖੀਏ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਪਿਆ ਜ਼ੋਰ ਆ ਦੋਨੋਂ ਕਬੱਡੀ ਦੇ ਖਿਡਾਰੀਆਂ ਦੇ ਦਰਮਿਆਨ ਤੇ ਜਲਾਲ ਪੁਰੀਆ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਲੱਖਾਂ ਦੇ ਅੰਕ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਆ ਉਧਰ ਥਰਾਜ ਵਾਲੇ ਵੀਰਾਂ ਦੀਆਂ ਲਾਈਟਾਂ ਲੱਗੀਆਂ ਆਪਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਥਰਾਜ ਲਾਈਟ ਸਰਵਿਸ ਉਹ ਵੀ ਅੱਜ ਪੁੱਜੇ ਹੋਏ ਆ ਅਗਲੇ ਮੈਚ ਦੇ ਲਈ ਮੇਰੀ ਤਲਵੰਡੀ ਮਾਧੋ ਤੇ ਔਜਰਾ ਅਕਾਲਸਰ ਮੋਗਾ ਤੇ ਬੱਲਾਂ ਇਹ ਟੀਮਾਂ ਜਲਦ ਤੋਂ ਜਲਦ ਖੇਡ ਗਰਾਊਂਡ ਦੇ ਵਿੱਚ ਪੁੱਜਣ ਅੱਜ ਕਹਿੰਦੇ ਐਮੀ ਵਿਰਕ ਦਾ ਖੁੱਲਾ ਅਖਾੜਾ ਤੇ ਦਰਸ਼ਕ ਵੀ ਦੂਰੋਂ ਦੂਰੋਂ ਪੁੱਜੇ ਹੋਏ ਆ ਐਮੀ ਵਿਰਕ ਦੇ ਮਰੀਦ ਪਰ ਖੇਡ ਦੇ ਮੈਦਾਨ ਦੇ ਵਿੱਚ ਲਓ ਢੰਡੋ ਵਾਲੀ ਆਏ ਆ ਕਹਿੰਦੇ ਨਾਈਅਨ ਗੱਭਰੂ ਆਉਣਾ ਪਰ ਕਾਮਯਾਬ ਨਹੀਂ ਹੋਇਆ ਐਨ ਸਿਰੇ ਦੀ ਨਾਈਅਨਾਂ ਦੇ ਵਿੱਚ ਕਹਿੰਦੇ ਟੱਕਰ ਸੀ ਪਰ ਵਿੱਕੀ ਢੰਡੋ ਵਾਲੀ ਆ ਲਓ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਵਿੱਕੀ ਢੰਡੋ ਵਾਲੀ ਆ ਥੋੜਾ ਝੁਕਿਆ ਝੁਕਿਆ ਇਸ ਕਰਕੇ ਨਹੀਂ ਵੀ ਕਿਤੇ ਈਦ ਮੰਨ ਗਿਆ ਝੁਕਿਆ ਇਸ ਕਰਕੇ ਆ ਵੀ ਕੋਈ ਲੱਤੀ ਨਾ ਲੱਗ ਜਾਵੇ ਪਰ ਉਧਰ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਉੱਚਾ ਲੰਮਾ ਕਾਦਾ ਤੇ ਦੂਜੇ ਪਾਸੇ ਕਹਿੰਦੇ ਮਧਰਾ ਜਿਹਾ ਕਾਦਾ ਢੰਡੋ ਵਾਲੀਏ ਵਿੱਕੀ ਦਾ ਲੱਗਿਆ ਪਿਆ ਯੋਰਾ ਕਿ ਪਾਵੇ 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 ਲੁਧਿਆਣੇ ਸਟੇਸ਼ਨ ਤੇ ਲੁਧਿਆਣੇ ਸਟੇਸ਼ਨ ਤੇ ਬੜਾ ਬੜੀ ਨੁਕੜੀ ਸੀ ਜਾਵੇ ਤਾਂ ਉਧਰ ਦੇਖ ਕੇ ਨਾਈਅਨ ਗੱਭਰੂ ਬੁੱਗੀ ਪੁਰੀਆ ਲਾ ਤਕੜਾ ਜਫਾ ਪੈਂਟ ਆਪਣੇ ਜੋੜਦਾ ਆਇਆ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ 19-21 ਦਾ ਫਰਕ ਹੈ ਦੋਨੋਂ ਟੀਮਾਂ ਦੇ ਵਿਚਕਾਰ ਪਰ ਪਾਈ ਹੋਈ ਕਬੱਡੀ ਦੇ ਇੱਧਰ ਜਲਾਲਪੁਰੀਆ ਮੂਹਰੇ ਹੋ ਕੇ ਜੱਫਾ ਲਾਉਣ ਦੇਣ ਪੂਰਾ ਯਤਨ ਕਰਦਾ ਨਾਈਅਨ ਗੱਭਰੂ ਕਹਿੰਦੇ ਡਿੱਗਦਾ ਪੈਂਦਾ ਪਰ ਖੇਡ ਦੇ ਮੈਦਾਨ ਦੇ ਵਿੱਚ ਬੁੱਗੀ ਪੁਰੀਆ ਲੱਖਾ ਜੰਗ ਦਾ ਵਾਧਾ ਕਰਦਾ ਆ ਅਗਲਾ ਮੈਚ ਦੀਆਂ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨਗੀਆਂ ਤਲਵੰਡੀ ਮਾਧੋ ਤੇ ਔਜਲਾ ਔਜਲਿਆਂ ਵਾਲੇ ਕਿੱਥੇ ਵੀ ਔਜਲਾ ਨਿੰਦੀ ਔਜਲਿਆਂ ਵਾਲਾ ਮਖਤਿਆਰ ਔਜਲਾ ਜੋਤੀ ਔਜਲਾ ਤੇ ਰੌਣਕੀ ਔਜਲਿਆਂ ਵਾਲਾ ਬਹੁਤ ਤਕੜੀ ਦੇ ਕਬੱਡੀ ਖੇਡੀ ਇਹਨਾਂ ਨੇ ਔਰ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਲੰਬੜਾ ਤਲਵੰਡੀ ਵਾਲਾ ਹੈਲੋ ਲੰਬੜਾ ਆ ਗਿਆ ਨਾਰਵੇ ਦੀ ਧਰਤੀ
ਇਟਲੀ ਦੀ ਧਰਤੀ ਤੇ ਕਬੱਡੀਆਂ ਪਾਈਆਂ ਲੰਬੜ ਨੇ ਤੇ ਲੰਬੜ ਐਦਲਪੁਰੀਆ ਕਿੱਥੇ ਗਿਆ ਐਦਲਪੁਰੀਆ ਲੰਬੜ ਲੰਬੜ ਹੱਥ ਖੜਾ ਕਰ ਵੀ ਐਦਲਪੁਰੀਆ ਕਿੱਥੇ ਕੇ ਬੈਠਾ ਆ ਬੈਠਾ ਸਾਡਾ ਲੰਬੜ ਐਦਲਪੁਰੀਆ ਸਾਡੇ ਦੀਪੇ ਦੇ ਨਾਲ ਪਿਆਰ ਹੈ ਔਰ ਸਾਡੇ ਡਿਜਰ ਦੇ ਨਾਲ ਬਹੁਤ ਨਾਮਵਰ ਟੀਮਾਂ ਸਾਡੇ ਬਹੁਤ ਸਤਿਕਾਰਯੋਗ ਔਰ ਟੀਮਾਂ ਦੀ ਗੁਰਦੀਪ ਸਿੰਘ ਜੀ ਮੈਂਬਰ ਪੰਚਾਇਤ ਔਰ ਟੀਮਾਂ ਦੀ ਗੁਰਦੀਪ ਸਿੰਘ ਜੀ ਬਾਰੇ ਇੱਥੇ ਸਾਡੇ ਸੋਨੂ ਜੀ ਹੈ ਔਰ ਮਾਨ ਹੈ ਧੰਨੇਗੇ ਆ ਧੰਨਾ ਸਾਡਾ ਵੀਰ ਤੇ ਸਾਡਾ ਇਹ ਪਵਨ ਵੀਰ ਬਹੁਤ ਮਾਣ ਭੇਜਦੇ ਆ ਬੋਲਾਂ ਦਾ ਸਤਿਕਾਰ ਭੇਜਦੇ ਆ ਸਾਡੇ ਸਤਿਕਾਰਯੋਗ ਮਾਣ ਹੈ ਸਾਡਾ ਜੱਸਾ ਵੀਰ ਜੈਲ ਦਾ ਵੀਰ ਜਿਹਨਾਂ ਵੱਲੋਂ ਔਰ ਪ੍ਰਾਈਜ ਦਿੱਤਾ ਜਾ ਰਿਹਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਦਾਰ ਦਰਸ਼ਨ ਸਿੰਘ ਜੀ ਮੈਂਬਰ ਪੰਚਾਇਤ ਉਹਨਾਂ ਵੱਲੋਂ ਵੀ ਮਾਣ ਭੇਜਿਆ ਗਿਆ ਮੈਂ ਆਪਣੇ ਵੀਰ ਦਰਸ਼ਨ ਸਿੰਘ ਜੀ ਦਾ ਗੁਰਦੀਪ ਸਿੰਘ ਜੀ ਦਾ ਔਰ ਸਾਡੇ ਬਾਈ ਇਹ ਪਵਨ ਵੀਰ ਦਾ ਬਹੁਤ ਬਹੁਤ ਧੰਨਵਾਦ ਆਖਦੇ ਹੈ ਅਗਲਾ ਮੈਚ ਔਜਲਾ ਤੇ ਤਲਵੰਡੀ ਮਾਧੋ ਦੋਨੇ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨਗੀਆਂ ਔਰ ਅਕਾਲਸਾਰ ਮੋਗਾ ਤੇ ਬੱਲਾ ਇਹ ਵੀ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨ ਕੁਹਾੜਾ ਤੇ ਬੱਗਾ ਬੀ ਕੁਹਾੜਾ ਤੇ ਬੱਗਾ ਬੀ ਦੀ ਟੀਮ ਖੇਡ ਮੈਦਾਨ ਚ ਰਿਪੋਰਟ ਕਰੇ ਸਾਡਾ ਇੰਦਰਪਾਲ ਬਾਜਵਿਆਂ ਵਾਲਾ ਜਿਹੜਾ ਕਿ ਅੱਜ ਗੁਰਦਾਸਪੁਰ ਸ਼ੋ ਮੈਚ ਲਾਉਣ ਜਾ ਰਿਹਾ ਹੈ ਕਹਿੰਦਾ ਕਲੀਅਰ ਜੇ ਟਾਈਮ ਨਾਲ ਵਿਹਲੇ ਹੋ ਗਏ ਤੇ ਟੀਮ ਪੂਰੀ ਸ਼ਾਹਕੋਟ ਦੀ ਇੱਥੇ ਪਹੁੰਚੂਗੀ ਇੱਕ ਵਾਰ ਤਾੜੀਆਂ ਮਾਰ ਦਿਓ ਸਾਡਾ ਇੰਦਰਪਾਲ ਆਨੰਦਪੁਰ ਸਾਹਿਬ ਤੋਂ ਵੀ ਇਹਨਾਂ ਨੇ ਫਾਸਟ ਪ੍ਰਾਈਜ਼ ਚੱਕਿਆ 5 ਲੱਖ ਬੋਟ ਮੋਟਰਸਾਈਕਲ ਵੀ ਬਾਬਾ ਸਿੰਘ ਦਾ ਸਪੋਰਟਸ ਕਲੱਬ ਨੇ ਔਰ ਸਰਦਾਰ ਜਗਜੀਤ ਸਿੰਘ ਜੀ ਥਾਣੇਦਾਰ ਸਾਹਿਬ ਥਾਣੇਦਾਰ ਔਰ ਸਾਡਾ ਵੀਰ ਦੀਪ ਸਿੰਘ ਰਾਜੂ ਬਾਜਵਾ ਉਹ ਸਾਡੇ ਦੇ ਨਾਲ ਪਹੁੰਚੇ ਆ ਔਰ ਜੀ ਆਇਆਂ ਔਰ ਸਟੇਜ ਦੇ ਉੱਪਰ ਆਉਣ ਮੇਜਰ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਬਾਜਵਾ ਥਾਣੇਦਾਰ ਸਾਹਿਬ ਔਰ ਰਾਜੂ ਬਾਜਵਾ ਔਰ ਕਲੀਅਰ ਸਾਹਿਬ ਆ ਮੰਗਾ ਵੀਰ ਦੀ ਰਿਪੋਰਟ ਹੈ ਕਿ ਟੀਮਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਆਪਣੇ ਕੋਲ ਠੀਕ ਹੈ ਪੰਜਾਬ ਦੇ ਚੋਟੀ ਦੇ ਪਹੁੰਚੇ ਤੇ ਕੁਸ਼ਤੀ ਕਰਵਾ ਦਿੱਤੀ ਇਹਨਾਂ ਨੇ 1 ਲੱਖ ਰੁਪਈਏ ਦੀ ਜਗਤਾਰ ਸਿੰਘ ਜੀ ਖਾਲਸਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਾਬਾ ਪਰਮਜੀਤ ਸਿੰਘ ਜੀ ਔਰ ਬਾਬਾ ਜਸਵੰਤ ਸਿੰਘ ਜੀ ਊਧਮ ਸਿੰਘ ਜੀ ਔਰ ਸਾਡੇ ਸਤਿਕਾਰਯੋਗ ਜਗਤਾਰ ਸਿੰਘ ਜੀ ਖਾਲਸਾ ਜੀ ਬਹੁਤ ਵੱਡੇ ਮੈਚ ਔਰ ਸਰਦਾਰ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਸੋ ਵੀ ਸਟੇਜ ਦੇ ਉੱਪਰ ਪਹੁੰਚੇ ਆ ਇਹਨਾਂ ਨੂੰ ਐ ਨੂੰ ਜੀ ਆਇਆ ਸਰਦਾਰ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਮੇਜਰ ਸਿੰਘ ਜੀ ਲੰਬੜਦਾਰ ਸਾਹਿਬ ਮੇਰੀ ਆਵਾਜ਼ ਨੂੰ ਸੁਣਦੇ ਆ ਪਲੀਜ਼ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰ ਸਟੇਜ ਤੇ ਪਹੁੰਚ ਗਏ ਜੀ ਮੇਲਾ ਭਰਦਾ ਜਾ ਰਿਹਾ ਹਾਂਜੀ ਹਾਂਜੀ ਮੇਜਰ ਸਿੰਘ ਜੀ ਆ ਗਏ ਆ ਜੀ ਥੈਂਕ ਯੂ ਲੰਬੜਦਾਰ ਸਾਹਿਬ ਪਹੁੰਚੇ ਆ ਬਹੁਤ ਵਧੀਆ ਮੈਚ ਔਜਲਾ ਤੇ ਔਜਲੇ ਦੀ ਟੀਮ ਤੇ ਤਲਵੰਡੀ ਮਾਧੋ ਕਿਹੜੀ ਜਲਾਲਪੁਰ ਦੇ 17.5 ਤੇ ਬੁੱਗੀਪੁਰ ਦੇ ਪੁਆਇੰਟ ਆ ਜੀ 18 ਅੱਧੇ ਪੁਆਇੰਟ ਚ ਬੁੱਗੀਪੁਰ ਦੀ ਟੀਮ ਜੇਤੂ ਹੈ ਜਿਓ ਦਾ ਤਾੜੀਆਂ ਮਾਰ ਦਿਓ ਐਵੇਂ ਰੌਲਾ ਪੈ ਗਿਆ ਉਹਨਾਂ ਨੂੰ ਪਤਾ ਕਰੋ ਉਹਨਾਂ ਨੂੰ ਪਤਾ ਕਰੋ ਅੱਧੇ ਪੁਆਇੰਟ ਚ ਇੱਕ ਟੀਮ ਜੇਤੂ ਹੈ ਬੇਟਾ ਉਹਨਾਂ ਨੂੰ ਕਰੋ ਗੱਲ ਟਾਈਮ ਕੀਪਰ ਦੇ ਨਾਲ ਨੰਬਰ ਲਿਖਣ ਵਾਲੇ ਨਾਲ ਗੱਲ ਕਰੋ ਜਲਾਲਪੁਰ ਦੀ ਟੀਮ ਜੇਤੂ ਆ ਕਹਿੰਦੇ ਜੀ ਮੈਂ ਨੀ ਗੱਲ ਕਹਿ ਰਿਹਾ ਉਹਨਾਂ ਨਾਲ ਗੱਲ ਕਰੋ ਜਥੇਦਾਰ ਜੀ ਨਾਲ ਗੱਲ ਕਰੋ ਮੈਂ ਨੀ ਬੇਟਾ ਬੇਟਾ ਮੈਂ ਨੀ ਗੱਲ ਕਰ ਰਿਹਾ ਉਧਰ ਗੱਲ ਕਰੋ ਸਾਡਾ ਸਰਪੰਚ ਸਾਹਿਬ ਆਖਦੇ ਨੰਬਰ ਗਲਤ ਲਿਖੇ ਗਏ ਆ
ਜਲਾਲਪੁਰ ਦੀ ਟੀਮ ਜੇਤੂ ਆ ਨੰਬਰ ਗਲਤ ਲਿਖਿਆ ਗਿਆ ਆ ਸਾਡੇ ਨੰਬਰ ਲਿਖਣ ਵਾਲੇ ਕੋ ਜਲਾਲਪੁਰ ਦੀ ਟੀਮ ਜੇਤੂ ਹੈ ਨੋਟ ਕਰੋ ਅੱਧੇ ਪੁਆਇੰਟ ਜੇ ਜਲਾਲਪੁਰ ਦੀ ਟੀਮ ਜੇਤੂ ਹੈ ਵਧੀਆ ਮੈਚ ਹੋਇਆ ਸਾਡੇ ਮੈਂਬਰ ਪੰਚਾਇਤ ਦਰਸ਼ਨ ਸਿੰਘ ਜੀ ਨਾਲ ਗੁਰਦੀਪ ਸਿੰਘ ਜੀ ਲੰਬੜ ਐਦਲਪੁਰੀਆ ਇੰਦਰਪਾਲ ਬਾਜਵਾ ਸਾਹਿਬ ਜੱਸਾ ਸਾਡਾ ਵੀਰ ਜੈਲ ਦਾ ਬਾਈ ਤੇ ਨਾਲ ਸਾਡੇ ਜਗਤਾਰ ਸਿੰਘ ਜੀ ਖਾਲਸਾ ਜੀ ਕੋਟਲਾ ਸੂਰਜਮਲ ਵਾਲੇ ਥਾਣੇਦਾਰ ਜਗਜੀਤ ਸਿੰਘ ਜੀ ਹੈ ਔਰ ਮਾਣ ਹੈ ਸਾਨੂੰ ਇਹਨਾਂ ਪਿਆਰੀਆਂ ਸ਼ਖਸੀਅਤਾਂ ਤੇ ਜੀਆਂ ਆਖਦੇ ਹਾਂ ਅਸੀਂ ਕਲੱਬ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਦੀਪੇ ਵੱਲੋਂ ਜੀਆਂ ਇਹਨਾਂ ਪਿਆਰੀਆਂ ਸ਼ਖਸੀਅਤਾਂ ਨੂੰ ਮਹਿਕਤੇ ਕੁਲਵੰਤ ਜੀ ਮੇਰੀ ਬੇਨਤੀ ਹੈ ਜੀ ਤਲਵੰਡੀ ਮਾਧੋ ਤੇ ਔਜਲਾ ਇਹ ਦੋਨੋਂ ਟੀਮਾਂ ਜਲਦ ਤੋਂ ਜਲਦ ਸੈਂਟਰ ਲੈਣ ਤੇ ਆ ਜਾਣਾ ਕਾਲ ਸਰ ਮੋਗਾ ਤੇ ਬਾਲਾ ਐਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਮੇਰੀ ਬੇਨਤੀ ਆ ਜੀ ਕਾਲ ਸਰ ਮੋਗਾ ਤੇ ਬਾਲਾ ਮੇਰੀ ਬੇਨਤੀ ਆ ਜੀ ਹੱਥ ਬੰਨ ਕੇ ਦੋਨੋਂ ਟੀਮਾਂ ਨੂੰ ਵੀ ਜਿਹੜਾ ਫੈਸਲਾ ਸਾਡੇ ਪ੍ਰਬੰਧਕ ਵੀਰਾਂ ਨੇ ਦਿੱਤਾ ਉਹੀ ਫੈਸਲਾ ਹੋਊਗਾ ਹੋਰ ਕੋਈ ਵੀ ਸਾਡਾ ਵੀਰ ਬਾਹਰੋਂ ਆ ਕੇ ਗਰਾਊਂਡ ਦੇ ਵਿੱਚ ਦਖਲ ਦਾ ਜਾਂ ਨਾ ਦੇ ਹੈਲੋ ਕਮੇਟੀ ਦਾ ਫੈਸਲਾ ਦੋ ਦੋ ਰੇਡਾ ਜੇ ਕਿਸੇ ਨੂੰ ਮਨਜ਼ੂਰ ਆ ਖੇਡੇ ਨਹੀਂ ਤੇ ਨਹੀਂ ਦੋ ਦੋ ਰੇਡਾ ਪੈਣਗੀਆਂ ਹਾਂਜੀ ਅਗਲਾ ਮੈਚ ਸਟਾਰਟ ਕਰਾਓ ਜੀ ਅਸੀਂ ਡਿਸੀਜਨ ਪੈਂਡਿੰਗ ਕੀਤਾ ਹੋਇਆ ਵਾ 10 ਮਿੰਟ ਤੱਕ ਤੁਹਾਨੂੰ ਦੱਸਾਂਗੇ ਦੋਨਾਂ ਟੀਮਾਂ ਨੂੰ ਅਗਲਾ ਮੈਚ ਸਟਾਰਟ ਕਰਾਓ ਹਾਂਜੀ ਇਸ ਮੈਚ ਦਾ ਰਿਜ਼ਲਟ 10 ਮਿੰਟ ਬਾਅਦ ਅਨਾਊਂਸ ਕੀਤਾ ਜਾਊਗਾ ਵੀਡੀਓ ਦੇਖ ਕੇ ਅਗਲਾ ਮੈਚ ਸਟਾਰਟ ਕਰਾਓ ਜੀ ਹੈਲੋ ਬਾਕੀ ਚਲ ਜਾਓ ਰੌਲਾ ਨਾ ਪਾਓ ਅਸੀਂ ਆਪੇ ਡਿਸੀਜਨ ਸਾਨੂੰ ਕਿਸੇ ਨਾਲ ਗੱਲ ਸੁਣਨ ਦੀ ਲੋੜ ਨਹੀਂ ਚਲ ਜਾਓ ਤੁਸੀਂ ਆਪਣੇ ਆਪਣੇ ਕੱਪੜੇ ਪਾਓ ਬਾਕੀ ਬਾਹਰ ਆ ਜਾਓ ਜਿਹਨਾਂ ਨੇ ਮੈਚ ਲਾਉਣਾ ਉਹ ਲਾਓ ਇੱਧਰ ਆ ਜਾਓ ਵੈਂਸੋ ਨਾ ਇੱਕ ਦੂਏ ਨਾਲ ਨਿਕਲੋ ਬਾਹਰ ਆ ਜਾਓ ਆਪਣੇ ਬੰਦੇ ਵੀ ਆ ਜਾਓ ਬੋਲੋ ਨਾ ਇੱਕ ਦੂਏ ਨਾਲ ਜਾਲਣ ਦੇ ਜਿਹੜੇ ਜਾਂਦੇ ਕਲੀਅਰ ਹਾਂਜੀ ਮੈਚ ਸਟਾਰਟ ਕਰਵਾ ਜੀ ਇਸ ਤੋਂ ਅਗਲਾ ਮੈਚ ਅਕਾਲ ਸਰ ਮੋਗਾ ਤੇ ਬੱਲਾ ਮੈਚ ਚੱਲਦੇ ਚੱਲਦੇ ਦੋਵੇਂ ਟੀਮਾਂ ਗਰਾਊਂਡ 'ਚ ਆ ਜਾਣ ਜਿਹੜੀ ਟੀਮ ਨਾ ਪਹੁੰਚੀ ਸਕ੍ਰੈਚ ਕੀਤੀ ਜਾਊਗੀ ਹੈਲੋ ਆ ਜਿਹੜੇ ਬੱਚੇ ਆ ਸਟੇਜ ਤੇ ਬੈਠੇ ਨਾ ਇਹ ਉਤਰਿਆ ਉਹ ਥੱਲੇ ਇਹਨਾਂ ਨੂੰ ਸਹੀ ਆ ਠੀਕ ਆ ਮੈਂ ਕਿਹਾ ਇਹਨਾਂ ਨੂੰ ਖਾਲੀ ਕਰ ਦਿਓ ਲਾ ਲੈਣ ਦਿਓ ਸਮਾਨ ਸਮੂਨ ਆਪਾਂ ਕਰੀਏ ਇੱਧਰ ਵੀ ਸ਼ੁਰੂ ਪ੍ਰੋਗਰਾਮ ਜਦੋਂ ਇੱਧਰ ਰੌਲਾ ਪੈ ਗਿਆ ਕਰੂ ਲਾ ਲਿਆ ਕਰਾਂਗੇ ਆਪਾਂ
ਆ ਜਿਹੜੇ ਮੁੰਡੇ ਖੇਡਣ ਵਾਲੇ ਆ ਜਾਂ ਉਹੋ ਹੀ ਨੰਬਰ ਲਿਖਣ, ਦੂਜੇ ਨਾਮ ਲਿਖਣ ਉੱਤੇ। ਹੈਲੋ, ਆ ਜਿਹੜੇ ਬੱਚੇ 15 ਨੰਬਰਾਂ ਦਾ ਟਾਈਮ ਸਿੰਗਰ ਵਾਲੀ ਸਟੇਜ ਦੇ ਉੱਪਰ ਬੈਠੇ ਆ ਜਿਹੜੇ ਵੀ ਬੱਚੇ, ਸੋ ਸਾਰੇ ਹੀ ਇੱਧਰ ਆ ਜਾਣਾ ਕਿਉਂਕਿ ਆ ਸਾਊਂਡ ਵਾਲੇ ਵੀਰਾਂ ਨੇ ਆਪਣੀ ਸਾਊਂਡ ਫਿਟ ਕਰਨੀ ਹੈ, ਸੋ ਸਟੇਜ ਕਰਦੇ ਸਾਰੇ ਮੇਰੇ ਵੀਰ। ਲਓ, ਖੇਡ ਦੇ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਵਿਚਕਾਰ ਮੁਕਾਬਲਾ ਸਟਾਰਟ ਹੈ। ਇੱਕ ਪਾਸੇ ਟੀਮ ਤਲਵੰਡੀ ਮਾਧੋ ਜ਼ਿਲ੍ਹਾ ਕਪੂਰਥਲਾ ਤੇ ਦੂਜੇ ਪਾਸੇ ਟੀਮ ਔਜਲਾ, ਕਹਿੰਦੇ ਔਜਲਾ ਕਹਾਲਾ ਠੌਲਾ ਇਹ ਲਾਗੇ ਲਾਗੇ ਕਰਕੇ ਵਸੇ ਹੋਏ ਪਿੰਡ ਆ ਇਬਣ। ਇਹ ਕਹਿੰਦੇ ਦੋਨੋਂ ਟੀਮਾਂ ਜ਼ਿਲ੍ਹੇ ਕਪੂਰਥਲੇ ਦੀਆਂ ਕਿ ਆਇਆ ਤੇ ਗਿਆ ਪ੍ਰੀਤਾ ਲਾਈ ਕੇ ਤੇ ਟੋਨਾ, ਕਬੱਡੀ ਦੇ ਕਪੂਰਥਲਾ ਚੀਜ਼ਾਂ ਕੋਈ ਦੋਣਾ। ਇਹ ਦੋਨੋਂ ਟੀਮਾਂ ਕਹਿੰਦੇ ਜ਼ਿਲ੍ਹੇ ਕਪੂਰਥਲੇ ਦੀਆਂ। ਲਾਓ, ਖੀਰਾ ਮਾਲ ਦੇ ਗੱਗੀ ਵਰਗਾ ਸਰੀਰ ਹੈ ਨਾਇਰ ਗੱਭਰੂ ਦਾ, ਉਧਰ ਕਹਿੰਦੇ ਨਾਇਰ ਗੱਭਰੂ ਨੇ ਐਨ ਕਹਿੰਦੇ ਸਿਰੇ ਦੀ ਝਕਾਨੀ ਦਿੱਤੀ ਆ। ਲਾਓ ਉਧਰ ਦੇਖੀਏ, ਖੇਡ ਦੇ ਮੈਦਾਨ ਦੇ ਵਿੱਚ ਫੜਿਆ ਆ ਗੋਟਾ ਕੇ ਹੱਥ ਘੁੱਟ ਕੇ ਫੜਨੀ ਵੇ, ਹਜੇ ਸਾਡੀ ਉਮਰ ਨਿਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਆਣੀ। ਸਾਡੇ ਜੀ ਐਸ ਕਲੇਰ ਜੀ ਮੇਰੀ ਬੀਓ ਦੀਪੇ ਸਰਪੰਚ ਦੇ ਨਾਲ ਆ ਕੇ ਸੰਪਰਕ ਕਰ ਲੈਣ ਸਾਡੇ ਜੀ ਐਸ ਕਲੇਰ ਸਾਹਿਬ। ਅਕਾਲ ਸਰ ਮੋਗਾ ਤੇ ਬੱਲਾਂ ਇਹ ਟੀਮਾਂ ਅਗਲੇ ਮੁਕਾਬਲੇ ਦੀਆਂ ਖੇਡ ਗਰਾਊਂਡ ਦੇ ਵਿੱਚ ਆਏ ਨੇ। ਮੇਰੀ ਬੇਨਤੀ ਹੈ ਅਕਾਲ ਸਰ ਮੋਗਾ ਵਰਸੀ ਬੱਲਾਂ, ਕੋਹਾਲਾ ਵਰਸੀ ਬੱਗਾ ਵੀ, ਬੱਗਾ ਇਹ ਤੇ ਲੱਲੀਆਂ ਜੀ ਬੱਗਾ ਲੱਲੀਆਂ। ਹੈਲੋ, ਸੋ ਬਹੁਤ ਸਾਰੇ ਵੀਰ ਜਿਹੜੇ ਕਿ ਆਪਣੇ ਸਪੈਸ਼ਲ ਆਈਟਮਾਂ ਲੈ ਕੇ ਇੱਥੇ ਪਹੁੰਚੇ ਆ, ਤੋ ਉਹਨਾਂ ਅੱਗੇ ਰਿਕੁਐਸਟ ਹੈ ਕਿ ਕਮੇਟੀ ਨੇ ਔਰ ਕਲੱਬ ਨੇ ਪਹਿਲਾਂ ਹੀ ਇਸ਼ਤਿਹਾਰ ਉੱਪਰ ਲਿਖਿਆ ਹੋਇਆ ਸਪੈਸ਼ਲ ਤੌਰ 'ਤੇ ਕਿ ਕੋਈ ਵੀ ਸਪੈਸ਼ਲ ਆਈਟਮ ਕਰਨ ਦੀ ਕੋਈ ਆਗਿਆ ਨਹੀਂ ਔਰ ਕਮੇਟੀ ਵੱਲੋਂ ਕੋਈ ਇਨਾਮ ਵਗੈਰਾ ਨਹੀਂ ਦਿੱਤਾ ਜਾਣਾ। ਸੋ ਉਹਨਾਂ ਵੀਰਾਂ ਅੱਗੇ ਰਿਕੁਐਸਟ ਹੈ ਕਿ ਗੱਲ ਨੋਟ ਕਰ ਲੈਣ, ਕੋਈ ਸਪੈਸ਼ਲ ਆਈਟਮ ਕਰਨੀ ਹੈ ਤਾਂ ਕਮੇਟੀ ਵੱਲੋਂ ਉਹਨਾਂ ਨੂੰ ਕੋਈ ਵੀ ਇਨਾਮ ਨਹੀਂ ਹੈਗਾ। ਆਪਣੇ ਤੌਰ 'ਤੇ ਜੇ ਕੋਈ ਕਰਨਾ ਤਾਂ ਕਰ ਸਕਦਾ, ਦਰਸ਼ਕ ਵੀਰਾਂ ਵੱਲੋਂ ਜੋ ਵੀ ਹੌਸਲਾ ਅਫਜਾਈ ਹੁੰਦੀ ਹੈ ਉਹ ਲੈ ਲੈ ਔਰ ਕਮੇਟੀ ਵੱਲ ਇਨਾਮ ਦੀ ਕੋਈ ਝਾਕ ਨਾ ਰੱਖੇ ਮੇਰਾ ਵੀਰ ਸਪੈਸ਼ਲ ਆਈਟਮ ਕਰਨ ਵਾਲਾ। ਮੇਰੀ ਬੇਨਤੀ ਹੈ ਜੀ, ਜਿਹੜੇ ਵੀਰ ਕਰਤੱਵ ਕਰਦੇ ਉਹਨਾਂ ਮੂਹਰੇ ਹੱਥ ਬੰਨ ਕੇ ਬੇਨਤੀ ਹੈ ਵੀ ਸਾਡੇ ਪ੍ਰਬੰਧਕ ਵੀਰ ਕਹਿੰਦੇ ਉਹ ਸਟੇਜ ਦੇ ਉੱਪਰ ਜਾ ਕੇ ਸਾਡੇ ਐਨਆਰਈਆਂ ਨੂੰ ਤੰਗ ਕਰਦੇ ਆ। ਮੇਰੀ ਉਹਨਾਂ ਦੇ ਮੂਹਰੇ ਹੱਥ ਬੰਨ ਕੇ ਬੇਨਤੀ ਹੈ ਜੀ, ਉਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾੜਿਆ ਕਰੋ ਤੇ ਬਾਹਲੀ ਚੰਗੀ ਗੱਲ ਵੀ ਸਟੇਜ ਦੇ ਉੱਪਰ ਕਿਸੇ ਨੇ ਵੀ ਜਿਹੜਾ ਕੋਈ ਕਰਤੱਵ ਕਰਦਾ ਹੁਣ ਸਟੇਜ ਦੇ ਉੱਪਰ ਨਹੀਂ ਜਾਣਾ। ਮੇਰੀ ਹੱਥ ਬੰਨ ਕੇ ਬੇਨਤੀ ਆ, ਉਹ ਕਚਹਿਰੀ ਦੇ ਵਿੱਚ ਗੇੜਾ ਲਾਇਆ ਕਰੋ। ਲਾਓ, ਖੇਡ ਦੇ ਮੈਦਾਨ ਦੇ ਵਿੱਚ ਐਨ ਸਿਰੇ ਦੀ ਟੱਕਰ ਆ। ਇੱਕ ਕਣੀ ਦੇ ਕਹਿੰਦੇ ਗੁਰਿੰਦਰ ਸਿੰਘ ਲੰਬੜਾ ਤਲਵੰਡੀ ਮਾਧੋ ਵਾਲਾ, ਪਰ ਇੱਧਰ ਕਹਿੰਦੇ ਨਾਇਰ ਗੱਭਰੂ ਤਲਵੰਡੀ ਮਾਧੋ ਵਾਲਾ, ਉੱਚਾ ਲੰਮਾ ਕੱਦ ਆ ਕਿ ਹੱਥ ਘੁੱਟ ਕੇ ਫੜ ਲਈਵੇ, ਹਜੇ ਸਾਡੀ ਉਮਰ ਨਿਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਕੇ ਕਈ ਰੋਹਾਂ ਦੇ ਆਣੀ, ਉਧਰ ਕਹਿੰਦੇ ਇੰਦਰ ਹੋਣੀ ਡਿੰਪੀ ਹੋਣੀ ਸਿਆਣੇ ਵੀਰ ਪੁੱਜੇ ਹੋਏ ਆ। ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਬੱਡੀ 365.com ਦੀ ਸਮੁੱਚੀ ਟੀਮ ਦਾ। ਪਰ ਖੇਡ ਦੇ ਮੈਦਾਨ ਦੇ ਵਿੱਚ ਦੇਖੀਏ, ਗੋਰਾ ਨਿਸ਼ੋਰਾ ਰੰਗ ਹੈ, ਨਾਇਰ ਗੱਭਰੂ ਲੈ ਕੇ ਪੈਂਟ ਪਾਲੇ ਵੱਲ ਭੱਜਿਆ ਜਾਂਦਾ। ਅਗਲੀ ਮੇਰੀ ਬੇਨਤੀ ਹੈ ਸਰ ਮੋਗਾ ਤੇ ਬੱਲਾਂ। ਹੈਲੋ, ਦੀਪਕ ਮਾਰਗਲ ਜੀ ਐਡਵੋਕੇਟ ਜਲੰਧਰ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਦੀਪਕ ਮਾਰਗਲ ਜੀ ਔਰ ਉਹਨਾਂ ਦੇ ਨਾਲ ਨੇ ਪਵਿੱਤਰ ਰਹੀਮਪੁਰ ਜੀ। ਸੋ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ, ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਪਿਆਰ ਭਰੇ ਸੱਦੇ ਦੇ ਇੱਥੇ ਪਹੁੰਚੇ ਔਰ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ। ਦੀਪਕ ਮਾਰਗਲ ਐਡਵੋਕੇਟ ਜਲੰਧਰ ਔਰ ਉਹਨਾਂ ਵੱਲੋਂ 2000 ਰੁਪਏ ਦਾ ਸਹਿਯੋਗ ਦਿੱਤਾ ਜਾ ਰਿਹਾ ਤਨ ਤਨ ਬਾਬਾ ਸਪੋਰਟਸ ਕਲੱਬ ਨੂੰ, ਕਲੱਬ ਵੱਲੋਂ ਤਹਿ ਦਿਲ ਧੰਨਵਾਦ ਕੀਤਾ ਜਾਂਦਾ ਦੀਪਕ ਮਾਰਗਲ ਜੀ। ਇਹ ਆ ਕਹਿੰਦੇ ਗੁਰਿੰਦਰ ਸਿੰਘ ਲੰਬੜ ਨਾਇਰ ਗੱਭਰੂ ਜੀ ਨੇ ਹੁਣ ਜੱਫਾ ਲਾਇਆ ਕਨੇਡਾ ਦੀਆਂ, ਕਹਿੰਦੇ ਵੱਖੋ ਵੱਖਰੀਆਂ ਕਲੱਬਾਂ ਕਹਿੰਦੇ ਉਹ ਖੇਡਾਂ ਤੇ ਐਨ ਕਹਿੰਦੇ ਸਿਰੇ ਦਾ ਪ੍ਰਦਰਸ਼ਨ ਕੀਤਾ ਗੁਰਿੰਦਰ ਸਿੰਘ ਲੰਬੜ। ਪਰ ਇੱਧਰ ਦੇਖ ਕੇ ਨਾਇਰ ਗੱਭਰੂ ਜਦੋਂ ਭਾਈਦਾ ਦੇ ਕਹਿੰਦੇ ਖੀਰਾ ਮਾਲ ਦੇ ਗੱਗੀ ਦਾ ਭੁਲੇਖਾ ਪੈਂਦਾ ਲਾਓ ਤਲਵੰਡੀ ਮਾਧੋ ਵਾਲਾ। ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਧਰਮਕੋਟ ਤੋਂ, ਸੋ ਇਹ ਦਰਸ਼ਕਾਂ ਦੇ ਵਿੱਚ ਖੜੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਆ ਸਟੇਜ ਦੇ ਉੱਪਰ ਆ ਜਾਣ ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਸਾਹਿਬ ਧਰਮਕੋਟ ਤੋਂ। ਲਓ, ਖੇਡ ਦੇ ਮੈਦਾਨ ਦੇ ਵਿੱਚ ਤਲਵੰਡੀ ਸਿੰਘ ਸਰਦਾਰ ਗੱਭਰੂ ਲਾ ਤਕੜਾ ਜੱਫਾ ਪੈਂਟ ਆਪਣੀ
दर्शन सिंह जी सरपंच साहब साढ़े दरम्यान स्टेज पर पहुंचे है और उन्होंने नाल सरदार गुरभेज सिंह जी अदलपुर तो सो उन्होंने जी आया लाओ सिरे की टकरा एक कनी दे कहंदे गुरिंदर सिंह लंबड़ा पर इधर कहंदे तलवंडी माधो वाला दो लंबड़ा एक कहंदे सिख सरदार है जो रेडर ते एक जाफी आ एक गुरिंदर लंबड़ा दे परे उसे दा पेंडू लाओ खेड दे विच लग्या पिया योरा दोनों कबड्डी खिडारियां दे दरमियान ते ला तकड़ा जफा पांट अपनी टीम दे हिस्से जुड़दा मेरी सर मोगे दी टीम नूं बेनती आ बीजापुर दे बाजवा कलां कहाला ए वर्सेज कहाला वर्सेज बग्गा बी लल्लियां बी वर्सेज किशनपुर ए टीमां खेड ग्राउंड दे विच आईण मेरी बेनती है भी टीमां नूं ज्यादे बाजा ना मारनियां पैण भी टीम पहला ही समय समय सर खेड ग्राउंड पुजा करने मेरी बेनती है आप बहुत बहुत धन्यवाद करते हैं सभी पांच उन्हों का गुरदीप सिंह दीपे उन्हों का जिन्होंने बदौलत कहते वे उपराले हेठ ये वाला कबड्डी का कप कहते आए साल की तरह करवाया जाता आप बहुत बहुत धन्यवाद करते हैं बाबे सुखचैन दास की धरती आप बहुत बहुत धन्यवाद करते हैं सारी प्रबंधक वीर का एन आर ई वीर का महान कबड्डी के प्रमोटर का जिन्हें भी आप सारे वीर का बहुत बहुत धन्यवाद करते हैं पर देखिए उधर गोरा ने शोरा रंग है पाई हुई कबड्डी के उधर भी कहते उच्चा लम्मा करद नाइयन गबरू एन सिरे की ट्राई करता नाइयन धावी तलबंडी माधो वाला लेके पॉइंट पाले वाल भजया हों के फुलां ते सौन लैंदा कंडिया ते साणा औखा है के पिता दशमेश जी ने पुत चार वारे ते पुत एक मरवाना औखा है लाओ इधर कहते गुरिंदर सिंह लंबड़ ते सिख सरदार गबरू लाओ गुरिंदर सिंह लंबड़ ए आ कहते तलवंडी माधो वाला कनेडा ने वको वकरो शहर खेडिया ए आ गुरिंदर सिंह लंबड़ फड़ाया गोटा दुग्या ने खुशी वांगरां दे कहते नाइयन गबरू कहते गुट का साध आल साध नूं मन्निया गया दा बाज लाओ खेड दे मैदान दे विच उधर ला तकड़ा जफा पॉइंट अपनी टीम दे से हांजी जी सुखनेर साहब बहुत बहुत धन्यवाद मेरा वीर कुलवंत घोलिया जी मैं इतने बहुत वधिया कबड्डियां पवा के गए हैं साडे दीपक साडा वीर वकील साहब जलंधर तो पहुंचे है दीपे सरपंच दे नाल भरावां तो वध प्यार है एक दीपा साडा फुटबाल का है कोच है नाल खजांची है यूथ प्रधान भी है श्रोमणी अकाली दल बादल सर्कल प्रधान है मैं अपने वीर का बहुत बहुत धन्यवाद आखदा है और फर्स्ट प्राइज अज ओपन का जो दिता जा रहा 51,000 साडा परमिंदर बाजवा सरबजीत सिंह जी यूके जैल बाजवा यूके वालों दिता जा रहा तो दूजा नाम 41,000 का गुरमेल सिंह जी यूके सोनू अरोड़ा जी जगजीत सिंह जी सिद्धू साहब यूके वालों दिता जा रहा असी दानी सज्जणा का बहुत बहुत धन्यवाद आखते हैं साढ़े सन्नू बाजवा कनेडा वाले सरबजीत सिंह जी साढ़े चेयरमैन साहब मैंबर पंचायत रेशम सिंह जी बाजवा गुरदीप सिंह जी दीपा सरपंच नरमल सिंह जी फौजी तजेंद्र सिंह जी निजर गोगा बाजवा यूके वाले जिन्हों वालों सानू बाइक सहायता दी गई है बहुत बहुत धन्यवाद आखते हैं जिंदी यूके जसा बाजवा सुखजीत सिंह जी इटली वाले तो कुलवंत सिंह जी यूके जसविंदर सिंह जी बाजवा साहब ज्ञानी संत पारस सिंह जी निर्मल सिंह जी निम्मा खूह वाले तो मदन लाल अरोड़ा जी प्रॉपर्टी डीलर प्यारा सिंह जी मैंबर पंचायत प्यारा सिंह जी मैंबर ब्लॉक समिति हरबंस सिंह जी मनजिंदर सिंह जी कनेडा वाले अमृत सुपार बाजार मलसिया वाले रंजन सिंह जी खूह वाले गुरदीप सिंह जी यूके महेंद्र सिंह के परिवार वालों बहुत बड़ा योगदान है चरणजीत सिंह जी हरजीत सिंह जी कनेडा वाले जट भरा यूएसए वाले अमेरिका वाले तो हैप्पी साडा वीर बहुत माइक सा देंदे है मोगे की टीम पहुंच चुकी है बलों की टीम पहुंच गई है बलों वाले बलों वाले दो मिनट का समा है
ਮੋਗੇ ਦੀ ਟੀਮ ਕਿੱਥੇ ਮੋਗੇ ਵਾਲੇ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮੋਗਾ ਮੋਗੇ ਦੇ ਖਿਡਾਰੀ ਬਹੁਤ ਵਧੀਆ ਹੋਏ ਆ ਬਬਲੀ ਚੜਕ ਵਰਗੇ ਮੇਜੇ ਚੜਕ ਵਰਗੇ ਹੋਏ ਆ ਤਲਵੰਡੀ ਮਾਧੋ ਤੇ ਔਜਲਾ ਦਰਮਿਆਨ ਜਿਹੜਾ ਮੈਚ ਹੋਇਆ ਸੀ ਇਹਦੇ ਵਿੱਚ ਤਲਵੰਡੀ ਮਾਧੋ ਜੇਤੂ ਰਿਹਾ ਬਾਬਾ ਸੋਮਨਾਥ ਜੀ ਬਿੱਲੀ ਬੜੈਚ ਤੋਂ ਪਹੁੰਚੇ ਆ ਅਸੀਂ ਜੀਆਂ ਆਖਦੇ ਬਾਬਾ ਜੀ ਦਾ ਵੀ ਇੱਥੇ ਪਹੁੰਚੀ ਆ ਬਿੱਲੀ ਬੜੈਚ ਤੋਂ ਬਾਬਾ ਸੋਮਨਾਥ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਸਾਡਾ ਐਦਲਪੁਰੀਆ ਲੰਬੜ ਨਾਲ ਸਾਡੇ ਸਰਦਾਰ ਗੁਰਦੀਪ ਸਿੰਘ ਜੀ ਮੈਂਬਰ ਪੰਚਾਇਤ ਹੈ ਔਰ ਦਰਸ਼ਨ ਸਿੰਘ ਜੀ ਮੈਂਬਰ ਪੰਚਾਇਤ ਹੈ ਮੇਜਰ ਸਿੰਘ ਜੀ ਲੰਬੜਦਾਰ ਸਾਹਿਬ ਸਾਡਾ ਮੀਕਾ ਸਰਪੰਚ ਸਾਡਾ ਬਾਈ ਹਰਭਜਨ ਸਿੰਘ ਜੀ ਹੈ ਮਾਣ ਹੈ ਸਾਨੂੰ ਨਿਰਮਲ ਸਿੰਘ ਜੀ ਫੌਜੀ ਸਾਹਿਬ ਮੈਚ ਤੱਕਦੇ ਹੈ ਮੈਂ ਆਪਣੇ ਵੀਰ ਨਿਰਮਲ ਸਿੰਘ ਫੌਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆਖਦਾ ਹੈ ਸਾਡੇ ਬਾਜਵਾ ਡਿਟ ਸਟੂਡੀਓ ਬਾਜਵਾ ਕਲਾਂ ਵਾਲੇ ਬਹੁਤ ਵਧੀਆ ਫਿਲਮ ਬਣਾ ਰਹੇ ਹੈ ਔਰ ਜਗਜੀਤ ਸਿੰਘ ਜੀ ਥਾਣੇਦਾਰ ਸਾਹਿਬ ਔਰ ਮਾਣ ਹੈ ਸਾਨੂੰ ਜਗਜੀਤ ਸਿੰਘ ਜੀ ਥਾਣੇਦਾਰ ਸਾਹਿਬ ਤੇ ਔਰ ਜਿਹਨਾਂ ਨੇ ਬਹੁਤ ਮਾਣ ਦਿੱਤਾ ਹੈ ਰਵਿੰਦਰ ਸਿੰਘ ਜੀ ਟਰਨਾ ਸਾਹਿਬ ਮੇਰੀ ਜ਼ਿੰਦਗੀ ਦੇ ਉਹ ਪਰਮਵੀਰ ਮਿੱਤਰ ਹੈ ਸਰਦਾਰ ਬਚਨ ਸਿੰਘ ਜੀ ਮੈਂਬਰ ਪੰਚਾਇਤ ਹੈ ਸਾਡੇ ਜਸੇ ਜੈਲ ਦੇ ਡੈਡੀ ਹੈ ਜਸੇ ਦੇ ਡੈਡੀ ਹੈ ਮੈਨੂੰ ਮਾਣ ਹੈ ਇਸ ਪਰਿਵਾਰ ਤੇ ਔਰ ਜੈਲ ਨੇ ਵੀ ਅੱਜ ਫਸਟ ਪ੍ਰਾਈਜ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਬੱਲਾਂ ਦੀ ਟੀਮ ਅਜੇ ਨਹੀਂ ਪਹੁੰਚੀ ਮੋਗੇ ਵਾਲੇ ਕਿੱਥੇ ਮੋਗੇ ਦੀ ਟੀਮ ਆ ਮੋਗੇ ਵਾਲੇ ਆ ਗਈ ਉਹ ਮਾਲਵੇ ਦੇ ਚੋਬਰ ਮਾਝੀ ਜਫੇ ਲਾਉਂਦੇ ਮਲਵਈ ਕਬੱਡੀ ਪਾਉਂਦੇ ਔਰ ਰੇਸ਼ਮ ਸਿੰਘ ਜੀ ਹਾਂਜੀ ਜਥੇਦਾਰ ਜਥੇਦਾਰ ਚਰਨ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਸੋ ਵੀ ਸਾਡੇ ਦਰਮਿਆਨ ਪਹੁੰਚੇ ਆ ਸੋ ਇਹਨਾਂ ਨੂੰ ਜੀਆਂ ਆ ਜਥੇਦਾਰ ਚਰਨ ਸਿੰਘ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਿਹੜੇ ਪੰਜ ਵਾਰ ਚੇਅਰਮੈਨ ਬਣੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਡੇ ਵਿਚਕਾਰ ਪਹੁੰਚੇ ਆ ਮਾਣ ਹੈ ਸਾਨੂੰ ਦੀਪਾ ਸਰਪੰਚ ਜੀਆਂ ਆਖਦੇ ਆ ਜੇਕਰ ਬੱਲਾਂ ਦੀ ਟੀਮ ਖੇਡ ਮੈਦਾਨ ਚ ਨਹੀਂ ਪਹੁੰਚਦੀ ਤੇ ਮੋਗੇ ਵਾਲਿਆਂ ਨੂੰ ਜੇਤੂ ਕਰਾਰ ਦੋ ਮਿੰਟ ਦਾ ਸਮਾਂ ਕੁਹਾਲਾ ਤੇ ਬੱਗਾ ਵੀ ਦੋਨੇ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਕੁਹਾਲਾ ਤੇ ਬੱਗਾ ਵੀ ਕੁਹਾਲਾ ਤੇ ਬੱਗਾ ਵੀ ਦੀ ਟੀਮ ਖੇਡ ਮੈਦਾਨ ਚ ਰਿਪੋਰਟ ਕਰੇ ਕੁਹਾਲਾ ਤੇ ਬੱਗਾ ਵੀ ਦੀ ਟੀਮ ਖੇਡ ਮੈਦਾਨ ਚ ਰਿਪੋਰਟ ਕਰੇ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਜਥੇਦਾਰ ਸਰਦਾਰ ਚਰਨ ਸਿੰਘ ਜੀ ਸਿੰਦੜ ਸਾਹਿਬ ਜਿਹੜੇ ਪੰਜ ਵਾਰ ਚੇਅਰਮੈਨ ਬਣੇ ਤੇ ਪੰਜ ਵਾਰ ਸਾਡੇ ਜਥੇਦਾਰ ਸਰਦਾਰ ਅਜੀਤ ਸਿੰਘ ਜੀ ਕੁਹਾੜ ਸਾਹਿਬ ਮੰਤਰੀ ਬਣੇ ਹੈ ਮਾਣ ਹੈ ਜਥੇਦਾਰ ਸਰਦਾਰ ਚਰਨ ਸਿੰਘ ਜੀ ਚੇਅਰਮੈਨ ਸਾਹਿਬ ਤੇ ਅੱਜ ਦੀਪਾ ਬਾਜਵਾ ਵਾਲਾ